ਅਸੀਂ ਅੱਜ ਸਾਰੇ ਪ੍ਰਸ਼ਾਸਨਿਕ ਸਾਥੀਆਂ ਸਮੇਤ ਜਿਹਦੇ 'ਚ ਸਾਡੇ ਬੀ ਡੀ ਓ ਸਾਹਿਬ ਪ੍ਰਵੇਸ਼ ਗੋਇਲ ਜੀ, ਐੱਸ ਐੱਚ ਓ ਰਾਜੀਵ ਜੀ ਔਰ ਬਾਕੀ ਵੀ ਪ੍ਰਸ਼ਾਸਨ ਦੇ ਜਿੰਨੇ ਅਧਿਕਾਰੀ ਹੈ ਉਹ ਸਾਰੇ ਜਣੇ ਪਠਾਨਕੋਟ ਨਗਰ ਦੇ ਵਿੱਚ ਇਹਦਾ ਆਪਣੇ, ਕਿਉਂਕਿ ਪਿੰਡ ਬੜਾ ਪਿਛਲੇ 10 ਦਿਨਾਂ ਤੋਂ ਚਰਚਾ ਵਿੱਚ ਰਿਹਾ ਹੈ। ਸਾਰੇ ਆਪਾਂ ਜਾਣਦੇ ਹਾਂ ਕਿ ਸਰਦਾਰ ਬਲਦੇਵ ਸਿੰਘ ਹੋਣਾ ਦੀ ਮੌਤ ਜਿਹੜੀ ਹੈ ਹੋਣ ਤੋਂ ਬਾਅਦ ਇਸ ਨਗਰ ਦੇ ਵਿੱਚ ਕਾਫੀ ਸਾਰੇ ਜਿਹੜੇ ਕੇਸ ਹੈ ਉਹ ਪੋਜ਼ਿਟਿਵ ਆਏ ਸੀ, ਪਰ ਪਰਮਾਤਮਾ ਦੀ ਬੜੀ ਕਿਰਪਾ ਹੋਈ ਹੈ, ਤਕਰੀਬਨ 150 ਜਿਹੜੇ ਤੋਂ 200 ਦੇ ਵਿੱਚ ਜਿਹੜੇ ਸੈਂਪਲ ਲਏ ਗਏ ਸੀ ਉਹ ਨੈਗੇਟਿਵ ਆਏ ਹੈ ਔਰ ਤਕਰੀਬਨ ਜਿਹੜੇ 19 ਇਸ ਸਾਡੇ ਪਿੰਡਾਂ ਦੇ ਜਿਹੜੇ ਕੇਸ ਸੀਗੇ ਪੋਜ਼ਿਟਿਵ ਉਹ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਜਿਹੜੇ ਆ ਉਹ ਠੀਕ ਹੋ ਰਹੇ ਆ। ਅੱਜ ਇੱਕ ਬਹੁਤ ਤਸੱਲੀ ਵਾਲੀ ਖਬਰ ਹੈ ਕਿ ਸਾਹਿਬ ਬਲਦੇਵ ਸਿੰਘ ਹੋਣਾ ਦੇ ਪਰਿਵਾਰ ਦਾ ਇੱਕ ਮੈਂਬਰ ਜਿਹੜਾ ਉਹ ਉਹਨਾਂ ਦੀ ਰਿਪੋਰਟ ਜਿਹੜੀ ਉਹ ਨੈਗੇਟਿਵ ਹੋ ਗਈ ਹੈ ਔਰ ਬਾਕੀ ਪਰਿਵਾਰਕ ਮੈਂਬਰ ਔਰ ਸੰਤ ਬਾਬਾ ਗੁਰਭਜਨ ਸਿੰਘ ਹੋਣਾ ਦੇ ਔਰ ਉਹਨਾਂ ਦੇ ਸਾਰੇ ਸਾਥੀ ਸਰਪਾਲ ਸਿੰਘ ਸਰਪੰਚ ਸਾਹਿਬ ਉਹ ਸਾਰੇ ਦੇ ਸਾਰੇ ਜਿਹੜੇ ਆ ਉਹ ਬਹੁਤ ਅੱਛੀ ਸਿਹਤ ਹੈ ਉਹਨਾਂ ਦੀ ਔਰ ਉਹਨਾਂ ਦੇ ਵੀ ਸੈਂਪਲ ਅੱਜ ਲੈ ਕੇ ਦੁਬਾਰਾ ਭੇਜੇ ਜਾ ਰਹੇ ਆ ਔਰ ਸਾਨੂੰ ਪੂਰੀ ਆਸ ਹੈ ਕਿ ਉਹ ਵੀ ਨੈਗੇਟਿਵ ਹੋ ਜਾਣਗੇ। ਕਿਸੇ ਵੀ ਜਿਹੜੇ 18 ਜਿਹੜੇ ਪੋਜ਼ਿਟਿਵ ਸੈਂਪਲ ਸੀਗੇ ਉਹਨਾਂ ਦੇ ਵਿੱਚੋਂ ਕਿਸੇ ਦੀ ਵੀ ਸਿਹਤ ਨੂੰ ਕੋਈ ਪ੍ਰੋਬਲਮ ਨਹੀਂ ਹੈ। ਸੋ ਇੱਥੇ ਵੀ ਅਸੀਂ ਨਗਰ ਦੇ ਵਿੱਚ ਆਏ ਹਾਂ ਔਰ ਸਾਡੇ ਜਿੰਨੇ ਵੀ ਦੋਸਤ ਪੁਰਾਣੇ ਇਸ ਮਿੱਤਰ ਇਸ ਨਗਰ ਦੇ ਸਾਥੀ ਜਿਹੜੇ ਆ, ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਬੜਾ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ, ਖਬਰਾਂ ਦੇ ਵਿੱਚ, ਚੈਨਲਾਂ ਦੇ ਵਿੱਚ, ਸੋਸ਼ਲ ਮੀਡੀਆ ਦੇ ਵਿੱਚ ਵੀ ਬੜੀਆਂ ਗੱਲਾਂ ਉੱਡ ਰਹੀਆਂ ਸੀ ਔਰ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਮਿਲੇ ਹਾਂ। ਸਰਕਾਰੀ ਡਾਕਟਰ ਸਾਹਿਬਾਨ ਜਿਹੜੇ ਆ ਇੱਥੇ ਨਗਰ ਦੇ ਵਿੱਚ ਤੈਨਾਤ ਨੇ ਔਰ ਜਿੰਨੇ ਵੀ ਪੁਲਿਸ ਡਿਪਾਰਟਮੈਂਟ ਦੇ ਨਾਕਿਆਂ 'ਤੇ ਸਾਡੇ ਸਾਥੀ ਖੜ੍ਹੇ ਉਹਨਾਂ ਨੂੰ ਵੀ ਮਿਲੇ ਹੈ। ਪੁਲਿਸ ਡਿਪਾਰਟਮੈਂਟ, ਸਿਵਲ ਪ੍ਰਸ਼ਾਸਨ ਔਰ ਡਾਕਟਰ ਸਾਹਿਬਾਨ ਨੇ ਬੜੀ ਜੀ ਤੋੜ ਕੇ ਜੀ ਜਾਣ ਦੇ ਨਾਲ ਇਸ ਨਗਰ ਦਾ ਖਿਆਲ ਰੱਖਿਆ ਔਰ ਮੈਂ ਸਮਝਦਾ ਕਿ ਜਿੰਨੇ ਵੀ ਕੁਲਦੀਪ ਸਿੰਘ ਹੋਣਾ ਨਾਲ ਗੱਲ ਹੋਈ ਹੈ, ਲਾਲੀ ਜੀ ਨਾਲ ਹੋਈ ਹੈ, ਹਰਪ੍ਰੀਤ ਸਿੰਘ ਹੋਣੀ ਖੜ੍ਹੇ ਹੈ, ਸਾਰਿਆਂ ਸਾਥੀਆਂ ਨੇ ਤਸੱਲੀ ਜ਼ਾਹਰ ਕੀਤੀ ਹੈ ਔਰ ਚੜ੍ਹਦੀ ਕਲਾ 'ਚ ਇਹਨਾਂ ਦੇ ਹੌਸਲੇ ਬਹੁਤ ਬੁਲੰਦ ਨੇ, ਕਿਉਂਕਿ ਇੱਕ ਇਹੋ ਜਿਹੀ ਬਿਮਾਰੀ ਦੇ ਨਾਲ ਲੜਨ ਤੋਂ ਬਾਅਦ ਇਹ ਨਗਰ ਜਿਹੜਾ ਹੈ, ਇਹ ਇਲਾਕਾ ਜਿਹੜਾ ਹੈ, ਇਹ ਇਸ ਬਿਮਾਰੀ ਤੋਂ ਉੱਭਰ ਕੇ ਬਾਹਰ ਆਇਆ ਔਰ ਅੱਜ ਤਕਰੀਬਨ ਸਾਹਿਬ ਬਲਦੇਵ ਸਿੰਘ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਨੈਗੇਟਿਵ ਰਿਪੋਰਟ ਆਉਣ ਤੋਂ ਬਾਅਦ ਇਹਨਾਂ ਦੇ ਚਿਹਰਿਆਂ 'ਤੇ ਵੀ ਆਸ ਦੀ ਕਿਰਨ ਜਿਹੜੀ ਜਾਗੀ ਹੈ ਸਾਡੇ ਸਾਥੀਆਂ ਦੇ ਔਰ ਅੱਜ ਜਿੰਨੇ ਵੀ ਡਾਕਟਰ ਸਾਹਿਬਾਨ, ਬੜੀ ਵੱਡੀ ਟੀਮ ਜਿਹੜੀ ਹੈ ਉਹ ਨਾਕਿਆਂ 'ਤੇ ਵੀ ਪਿੰਡ ਦੇ ਚਾਰੇ ਪਾਸੇ ਡਾਕਟਰ ਸਾਹਿਬਾਨ ਤੈਨਾਤ ਨੇ, ਐਂਬੂਲੈਂਸ ਦੀ ਡਿਊਟੀ ਪੱਕੇ ਤੌਰ 'ਤੇ ਇੱਥੇ ਰੱਖੀ ਹੋਈ ਹੈ। ਕੋਈ ਵੀ ਨਗਰ ਨਿਵਾਸੀਆਂ ਨੂੰ ਸਮੱਸਿਆ ਆਉਂਦੀ ਹੈ, 300 ਦੇ ਕਰੀਬ ਜਿਹੜੀਆਂ ਫੂਡ ਦੀਆਂ ਕਿੱਟਾਂ ਦਾਨੀ ਸੱਜਣਾਂ ਵੱਲੋਂ, ਪ੍ਰਸ਼ਾਸਨ ਵੱਲੋਂ ਇਸ ਨਗਰ ਦੇ ਵਿੱਚ ਆ ਚੁੱਕੀਆਂ ਨੇ, ਵੰਡੀਆਂ ਗਈਆਂ ਨੇ ਔਰ ਹੋਰ ਵੀ ਜਿੱਦਾਂ ਵੀ ਕਿਸੇ ਨੂੰ ਜ਼ਰੂਰਤ ਹੋਊਗੀ ਆਪਾਂ ਕਿਸੇ ਚੀਜ਼ ਦੀ ਇਸ ਨਗਰ ਦੇ ਵਿੱਚ ਔਰ ਆਲੇ ਦੁਆਲੇ ਦੇ ਪਿੰਡਾਂ 'ਚ ਕੋਈ ਘਾਟ ਨਹੀਂ ਆਉਣ ਦੇਵਾਂਗੇ। ਔਰ ਇਹ ਜਿਹੜਾ ਨਗਰ ਹੈ ਪਠਾਨਕੋਟ ਨਗਰ, ਇਹ ਪਹਿਲਾਂ ਹੀ ਬਹੁਤ ਹੀ ਸਮਾਜ ਸੇਵੀ ਅਤੇ ਦਾਨੀਆਂ ਦਾ ਨਗਰ ਹੈ, ਸੰਤ ਬਾਬਾ ਕਨ੍ਹੱਈਆ ਸਿੰਘ ਦਾ ਪਵਿੱਤਰ ਅਸਥਾਨ ਹੈ ਔਰ ਬੜੀ ਮਾਨਤਾ ਹੈ। ਵਾਹਿਗੁਰੂ ਦੀ ਬੜੀ ਕਿਰਪਾ ਹੋਈ ਹੈ ਕਿ ਇਹ ਜਿਹੜੀ ਵੱਡੀ ਸਮੱਸਿਆ ਹੋਈ ਸੀ ਇਹਦੇ 'ਚੋਂ ਬਾਹਰ ਨਿਕਲਣ ਲਈ, ਉੱਭਰਨ ਲਈ ਸਾਰਿਆਂ ਨੇ ਜੀ ਚਾਲ ਤੋੜ ਕੇ ਜਿਹੜੀ ਹੈ ਮਿਹਨਤ ਕੀਤੀ ਹੈ। ਮੈਂ ਸਾਰੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਜਿੱਥੇ ਧੰਨਵਾਦ ਕਰਦਾ
ਡਾਕਟਰ ਸਾਹਿਬਾਂ ਦਾ ਧੰਨਵਾਦ ਕਰਦਾ, ਉੱਥੇ ਨਗਰ ਨਿਵਾਸੀਆਂ ਦਾ ਵੀ ਇਸ ਗੱਲੋਂ ਧੰਨਵਾਦ ਕਰਦਾ ਕਿ ਇੱਕ ਬਹੁਤ ਵੱਡੀ ਲੜਾਈ ਜਿਹੜੀ ਆ ਇਕੱਠੇ ਹੋ ਕੇ ਲੜਨ ਦੇ ਵਿੱਚ ਔਰ ਇਸ ਬਿਮਾਰੀ ਤੋਂ ਬਾਹਰ ਨਿਕਲਣ ਲਈ, ਇਸ ਬਿਮਾਰੀ ਨੂੰ ਜਿੱਤਣ ਲਈ ਇਹਨਾਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ ਹੈ। ਔਰ ਅੱਜ ਅਸੀਂ ਸਾਰੇ ਜਣੇ ਇਸ ਗੱਲ ਦੀ ਥੋੜ੍ਹੀ ਤਸੱਲੀ ਮਹਿਸੂਸ ਕਰਦੇ ਹਾਂ ਕਿ ਨਗਰ ਨਿਵਾਸੀਆਂ ਨੇ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਅੱਜ ਇਸ ਨਗਰ ਦੇ ਵਿੱਚ ਸਾਨੂੰ ਇਹਨਾਂ ਨੂੰ ਮਿਲ ਕੇ ਮਨ ਨੂੰ ਬੜੀ ਤਸੱਲੀ ਹੋਈ ਹੈ। ਬਹੁਤ ਬਹੁਤ ਧੰਨਵਾਦ। ਦੇਸੀ ਅਤੇ ਸ਼ੁੱਧ ਗੁੜ ਖਾਓ, ਬਿਮਾਰੀਆਂ ਤੋਂ ਛੁਟਕਾਰਾ ਪਾਓ। ਹੁਣ ਤੁਹਾਡੇ ਇਲਾਕੇ ਪਿੰਡ ਗਹਿਲ ਮਜ਼ਾਰੀ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਤਾਜ਼ੇ ਗੰਨਿਆਂ ਦਾ ਬਿਨਾਂ ਕੈਮੀਕਲ ਤੋਂ ਚੰਗੀ ਕੁਆਲਿਟੀ ਦਾ ਸਾਫ਼ ਸੁਥਰੇ ਢੰਗ ਨਾਲ ਅਤੇ ਨਵੀਂ ਤਕਨੀਕ ਦੇ ਮੀਟਰਾਂ ਨਾਲ ਟੈਂਪਰੇਚਰ ਚੈੱਕ ਕਰਕੇ ਸ਼ੁੱਧ ਗੁੜ ਤਿਆਰ ਕੀਤਾ ਜਾਂਦਾ ਹੈ, ਜਿੱਥੇ ਵਧੀਆ ਕਿਸਮ ਦੀ ਸ਼ੱਕਰ, ਵਧੀਆ ਗੁੜ, ਮਸਾਲਾ ਗੁੜ, ਤਿਲੀ ਗੁੜ, ਮੇਵੇ ਗੁੜ ਅਤੇ ਚਾਕਲੇਟ ਗੁੜ ਮਿਲਦਾ ਹੈ। ਮੇਰੇ ਜਾਣਕਾਰੀ ਲਈ ਸੰਪਰਕ ਕਰੋ ਜਾਂ ਖੁਦ ਆ ਕੇ ਮਿਲੋ। ਪਤਾ, ਸ਼ੁੱਧ ਦੇਸੀ ਗੁੜ ਚਰਚ, ਪੰਜਾਬੀ ਵੇਲਣਾ, ਕੁਲਹਾੜੀ, ਪਿੰਡ ਗਹਿਲ ਮਜ਼ਾਰੀ, ਜ਼ਿਲ੍ਹਾ ਨਵਾਂ ਸ਼ਹਿਰ, ਪੰਜਾਬ।